ਜਦ ਜਿਸਨ ਦੀ ਗੱਲ ਕਰੀਏ ਇਸ ਵਕਤ ਪੰਜਾਬ ਦੇ ਸਿਆਸੀ ਮਾਹੌਲ ਦੀ ਤਾਂ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅਕਾਲੀ ਦਲ ਦੇ ਸੀਨੀਅਰ ਸਿਰਕੱਟ ਲੀਡਰ ਵਿਰਸਾ ਸਿੰਘ ਮਲਟੋਹਾ ਜੋ ਕਹਿ ਲੋ ਕਿ ਕਾਲੀ ਦਰ ਨਾਲ ਕਾਫੀ ਲੰਬੇ ਸਮੇਂ ਤੋਂ ਖੜੇ ਸੀ ਕੋਈ ਉਮੀਦ ਵੀ ਨਹੀਂ ਕਰ ਸਕਦਾ ਸੀ ਕਿ ਉਹ ਅੱਜ ਅਕਾਲੀ ਦਲ ਛੱਡ ਜਾਣਗੇ ਅੱਜ ਉਹਨਾਂ ਵੱਲੋਂ ਕਾਲੀ ਦਲ ਤੋਂ ਅਸਤੀਫਾ ਦਿੱਤਾ ਗਿਆ ਹੈ ਇਸ ਜਰ ਨੇ ਦੱਸਦੀ ਹੈ ਕਿ ਦਰਸ਼ਕਾਂ ਨੂੰ ਕਿ ਉਹਨਾਂ ਤੇ ਇਲਜ਼ਾਮ ਲਾਇਏ ਨੇ ਜਸਦਰ ਸਾਹਿਬਾਨਾ ਵੱਲੋਂ ਕਾਲ ਤੱਕ ਜਸਦਰ ਸਾਹਿਬਾਨਾ ਵੱਲੋਂ ਅਤੇ ਗਿਆਨੀ ਹਰਪੀ ਸਿੰਘ ਵੱਲੋਂ ਕਿ ਉਹਨਾਂ ਵੱਲੋਂ ਜਸਦਰ ਨੂੰ ਤਮਕਾਇਆ ਗਿਆ ਹੈ ਜਿਸ ਤੋਂ ਬਾਅਦ ਜਥੇਦਾਰਾਂ ਨੇ ਵੀ ਵਿਰਸਾ ਸਿੰਘ ਮਲਟੋਹਾ ਦੇ ਖਿਲਾਫ ਐਕਸ਼ਨ ਦਿੱਤਾ ਸੀ ਗਿਆ ਤੇ ਹੁਣ ਜਿਵੇਂ ਤੁਸੀਂ ਜੀ ਕਿਵੇਂ ਦੇਖਦੇ ਹੋ ਸਾਰੇ ਘਟਨਾ ਨੂੰ ਜੋ ਕਹਿ ਲਓਗੇ ਇਹ ਪੂਰੀ ਘਟਨਾ ਬਣ ਗਈ ਹੈ ਜਿਸ ਦੇ ਵਿੱਚ ਜਥੇਦਾਰ ਸਹਿਬਾਨੇ ਵਿੱਚ ਆ ਗਏ ਨੇ ਤੇ ਹੁਣ ਜਰਸ ਸਿੰਘ ਮਲਟੋਹਾ ਵੱਲੋਂ ਸਤੀਫਾ ਵੀ ਦਿੱਤਾ ਗਿਆ ਜੀ ਤੇ ਦੇਖੋ ਇਹ ਗੱਲ ਸ਼ੁਰੂ ਹੁੰਦੀ ਹੈ ਸੁਖਬੀਰ ਸਿੰਘ ਬਾਦਲ ਦੀ ਜਦੋਂ ਉਹਨਾਂ ਨੂੰ ਤਨਖਾਹੀਆ ਐਲਾਨ ਕਰ ਦਿੱਤਾ ਗਿਆ ਅਕਾਲ ਤਖਤ ਵੱਲੋਂ ਸੋ ਉਸ ਵੇਲੇ ਤੋਂ ਇਹ ਸਾਰਾ ਸ਼ੁਰੂ ਹੋਇਆ ਕਟਨਾ ਕਰਮ ਤਨਖਾਈਆ ਤਾਂ ਕਰਾਰ ਦੇ ਦਿੱਤਾ ਗਿਆ ਪਰ ਸਜ਼ਾ ਨਹੀਂ ਸੁناਈ ਗਈ ਇੱਕ ਧਾਰਮਿਕ ਸਜ਼ਾ ਹੁੰਦੀ ਹੈ ਨਾ ਕਿਸੇ ਸਿੱਖ ਨੂੰ ਜਦੋਂ ਤਨਖਾਈਆ ਕਰਾਰ ਦਿੱਤਾ ਜਾਂਦਾ ਸੋ ਉਹ ਸੁਣਾਉਣ ਤੇ ਵਿੱਚ ਦੇਰ ਹੋ ਰਹੀ ਸੀ ਯਾਨੀ ਕਿ ਇਸ ਗੱਲ ਨੂੰ ਮੈਨੂੰ ਜਿੰਨਾ ਤੱਕ ਲੱਗਦਾ ਵੀ 1 ਮਹੀਨੇ ਤੋਂ ਉੱਪਰ ਹੋ ਚਲੇ ਆ ਸਮਾਂ ਜਦੋਂ ਸੁਖਬੀਰ ਸਿੰਘ ਬਾਦਲ ਤਨਖਾਈਆ ਕਰਾਰ ਦਿੱਤਾ ਗਿਆ ਅਕਾਲ ਤਖਤ ਸਭ ਵੱਲੋਂ ਸੋ ਹੁਣ ਤੱਕ ਸਜ਼ਾ ਨਹੀਂ ਸੁناਈ ਗਈ ਤੇ ਇਸ ਮਸਲੇ ਨੂੰ ਲੈ ਕੇ ਵਿਰਸਾ ਸਿੰਘ ਬਲਟੋਹਾ ਜਿਹੜੇ ਆ ਉਹਨਾਂ ਦੀ ਐਂਟਰੀ ਹੁੰਦੀ ਹੈ ਉਹ ਕਹਿੰਦੇ ਆ ਵਿਰਸਾ ਸਿੰਘ ਬਲਟੋਹਾ ਕਹਿੰਦੇ ਆ ਕਿ ਜਥੇਦਾਰਾਂ ਦੇ ਉੱਪਰ ਆਰਐਸਐਸ ਭਾਜਪੀ ਦਾ ਦਬਾਅ ਹੈ ਇਸ ਕਰਕੇ ਉਹ ਹਜੇ ਸਜ਼ਾ ਸੁਣਾਉਣ ਤੋਂ ਜਿਹੜਾ ਕਤਰਾ ਰਹੇ ਨੇ ਉਹ ਚਾਹੁੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਤੋਂ ਪਾਰਟੀ ਅਗੋਂ ਵਜੋਂ ਹਟਾਇਆ ਜਾਵੇ ਸੋ ਫਿਰ ਵਿਰਸਾ ਸਿੰਘ ਬਲਟੋਹਾ ਜਿਹੜੇ ਨੇ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਜਦੋਂ ਇਹ ਗੱਲ ਲਿਖ ਦਿੰਦੇ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਵੀ ਉਹਨਾਂ ਦੀ ਮੁਲਾਕਾਤ ਵੀ ਹੁੰਦੀ ਹੈ ਜਥੇਦਾਰ ਰੁਘਵੀਰ ਸਿੰਘ ਹੋਰਾ ਦੇ ਨਾਲ ਇੱਕ ਘੰਟੇ ਦੀ ਉਹਨਾਂ ਨੇ ਦੱਸਿਆ ਕਿ ਮੁਲਾਕਾਤ ਹੋਈ ਹੈ ਵਿਰਸਾ ਸਿੰਘ ਬਲਟੋਹਾ ਦਾ ਇਹ ਅਗਲਾ ਇਲਜ਼ਾਮ ਸੀ ਕਿ ਜਥੇਦਾਰ ਨੇ ਆਪ ਵੀ ਮੰਨਿਆ ਕਿ ਸਾਡੇ ਉੱਤੇ ਦਬਾਅ ਬਹੁਤ ਹੈ ਇਸ ਗੱਲ ਦਾ ਸੋ ਹੁਣ ਇਹ ਜਦੋਂ ਗੱਲ ਜਨਤਕ ਕਰ ਦਿੱਤੀ ਗਈ ਵਿਰਸਾ ਸਿੰਘ ਬਲਟੋਹਾ ਵੱਲੋਂ ਤਾਂ ਫਿਰ ਜਥੇਦਾਰ ਜਿਹੜੇ ਨੇ ਉਹ ਪੱਪਾਂ ਪਾਰ ਹੋ ਜਾਂਦੇ ਆ ਉਹ ਕਹਿੰਦੇ ਵੀ ਤੁਸੀਂ ਤਾਂ ਸਾਡੀ ਜਿਹੜੀ ਇੱਕ ਇਮੇਜ ਹੁੰਦੀ ਆ ਇੱਕ ਜਥੇਦਾਰ ਦਾ ਕੀ ਰਤਬਾ ਹੁੰਦਾ ਉਹਨੂੰ ਢਾਹ ਲਾ ਰਹੇ ਹੋ ਫਿਰ ਜਥੇਦਾਰ ਸਾਹਿਬ ਦਾ ਵੀ ਇੱਕ ਬਿਆਨ ਜਿਹੜਾ ਹੈਗਾ ਉਹ ਪੋਸਟਰ ਘੁੰਮ ਰਿਹਾ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਰਸਾ ਸਿੰਘ ਬਲਟੋਹਾ ਮੈਨੂੰ ਧਮਕੀ ਦੇ ਕੇ ਗਿਆ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਮੈਂ ਤੁਹਾਨੂੰ ਫਿਜ਼ੀਕਲ ਥ੍ਰੈਟ ਵੀ ਕਰ ਸਕਦਾ ਹਾਂ ਜੇ ਤੁਸੀਂ ਜਲਦ ਤੋਂ ਜਲਦ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਸਜ਼ਾ ਸੁਣਾਈ ਹੈ ਸੁਣਾਣੀ ਹੈ ਉਹ ਸੁਣਾਓ ਅਦਰਵਾਈਜ਼ ਫਿਰ ਮੈਂ ਇੱਥੇ ਖੜਾ ਹੋਇਆ ਮੈਂ ਤੁਹਾਨੂੰ ਦੇਖਾਂਗਾ ਸੋ ਇਸ ਤਰੀਕੇ ਦੀ ਧਮਕੀ ਉਹਨਾਂ ਨੇ ਕਿਹਾ ਕਿ ਵਿਰਸਾ ਸਿੰਘ ਬਲਟੋਹਾ ਸਾਨੂੰ ਦੇ ਕੇ ਗਏ ਆ ਹੁਣ ਜਥੇਦਾਰ ਸਾਹਿਬ ਵੱਲੋਂ ਉਹਨਾਂ ਨੂੰ ਸੱਦ ਲਿਆ ਗਿਆ ਵੀ ਆਓ ਭਾਈ ਪੇਸ਼ ਕਰੋ ਸਾਰੇ ਸਬੂਤ ਜਿਹੜੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਵੀ ਸਾਡੇ ਉੱਤੇ ਦਬਾਅ ਹੈ ਅਸੀਂ ਆਰਐਸਐਸ ਦੇ ਕਹਣੇ ਤੇ ਚੱਲ ਰਹੇ ਹਾਂ ਆ ਕੇ ਸਾਬਤ ਕਰੋ ਫਿਰ ਅੱਜ ਜਿਹੜੀ ਹੈ ਪੇਸ਼ੀ ਹੋਈ ਉਹਨਾਂ ਦੀ ਪੰਜਾ ਸਿੰਘ ਸੰਭਾਨਾ ਦੇ ਸਾਹਮਣੇ ਵਿਰਸਾ ਸਿੰਘ ਬਲਟੋਹਾ ਦੀ ਅੱਜ ਪੇਸ਼ੀ ਹੋਈ ਹੈ ਉਹ ਸਾਰੇ ਦੀ ਵੀਡੀਓਗ੍ਰਾਫੀ ਵੀ ਹੋਈ ਹੈ ਤੇ ਫਿਰ ਉਹਦੇ ਵਿੱਚ ਇਹ ਜਿਹੜੇ ਸਵਾਲ ਨੇ ਵਿਰਸਾ ਸਿੰਘ ਬਲਟੋਹਾ ਨੂੰ ਜਥੇਦਾਰਾਂ ਵੱਲੋਂ ਪੁੱਛੇ ਗਏ ਵੀ ਤੁਸੀਂ ਆ ਆ ਇਲਜ਼ਾਮ ਸਾਡੇ ਉੱਤੇ ਲਾਏ ਆ ਇਹ ਗੱਲਬਾਤ ਹੈ ਇਦਾਂ ਹੈਗੀ ਹੈ ਸੋ ਇਹ ਜੋ ਵੀ ਚੱਲਿਆ ਉਹ ਸਾਰਾ ਕੁਝ ਸੀਗਾ ਹੁਣ ਇਹਦੇ ਵਿੱਚ ਇੱਕ ਪਾਸੇ ਵਿਰਸਾ ਸਿੰਘ ਬਲਟੋਹਾ ਇਹ ਕਹਿੰਦੇ ਹੋਏ ਨਜ਼ਰ ਆਏ ਆ ਕਿ ਮੈਂ ਔਕਾਤ ਤੱਕ ਦੇ ਜਥੇਦਾਰਾਂ ਦੀ ਕਦਰ ਕਰਦਾ ਹਾਂ ਰਿਸਪੈਕਟ ਕਰਦਾ ਹਾਂ ਪਰ ਵਟੋਹਾ ਜਿਹੜੇ ਨੇ ਉਹ ਦੋ ਜਥੇਦਾਰ ਇੱਕ ਗੈਨੀ ਰਗਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਉੱਤੇ ਇਹ ਵੀ ਇਲਜ਼ਾਮ ਲਾ ਰਹੇ ਨੇ ਕਿ ਉਹ ਆਰਐਸਐਸ ਦੇ ਕਹਿਣੇ ਦੇ ਵਿੱਚ ਚੱਲ ਰਹੇ ਆ ਹੁਣ ਆਹ ਗੱਲ ਨੂੰ ਇੱਕ ਮਿੰਟ ਆਪਾਂ ਪਾਸੇ ਰੱਖ ਦਈਏ ਤੇ ਸੋਚੀਏ ਬਈ ਘਟਨਾ ਕਰਮ ਬਣਿਆ ਕੀ ਉਹ ਜਥੇਦਾਰ ਜਿਨ੍ਹਾਂ ਬਾਰੇ ਹਮੇਸ਼ਾ ਇਹ ਕਿਹਾ ਜਾਂਦਾ ਰਿਹਾ ਹੈ ਕਿ ਬਾਦਲਾਂ ਦੇ ਲਿਫਾਫੇ ਚੋਂ ਨਿਕਲਦੇ ਰਹੇ ਅੱਜ ਇੱਕ ਅਕਾਲੀ ਆਗੂ ਨੂੰ ਜਿਹੜਾ ਹੈ ਉਹ ਤਲਬ ਕਰ ਰਹੇ ਆ ਫੇਰ ਜਿਹੜੀ ਅੰਦਰ ਖਾਤੇ ਹੁੰਦੀ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਜਥੇਦਾਰਾਂ ਤੇ ਪਹਿਲੀ ਵਾਰੀ ਪ੍ਰੈਸ਼ਰ ਪਿਆ ਹੋਵੇ ਅੰਦਰ ਖਾਤੇ ਕੋਈ ਉਹ ਜਿਹੜੇ ਹੁਕਮਨਾਮੇ ਜਾਂ ਕੋਈ ਹੋਰ ਜਿਹੜੇ ਫੈਸਲੇ ਲੈਣੇ ਆ ਉਹਨਾਂ ਬਾਰੇ ਇਹ ਪਹਿਲੀ ਵਾਰੀ ਦਾ ਪ੍ਰੈਸ਼ਰ ਪਿਆ ਨਹੀਂ ਹੋਣਾ ਵਿਰਸਾ ਸਿੰਘ ਬਲਟੋਹਾ ਜਾਂ ਸੁਖਵੀਰ ਸਿੰਘ ਬਾਦਲ ਵੱਲੋਂ ਤੇ ਇਹ ਪਹਿਲਾਂ ਵੀ ਪੈਂਦੇ ਰਹੇ ਆ ਪਰ ਇਸ ਵਾਰ ਇਹ ਜਨਤਕ ਕਿਉਂ ਕਰਨੇ ਪਏ ਜਥੇਦਾਰਾਂ ਨੂੰ ਵਿਰਸਾ ਸਿੰਘ ਬਲਟੋਹਾ ਜਨਤਕ ਤੌਰ ਦੇ ਉੱਤੇ ਇਹ ਕਹਿੰਦੇ ਹੋਏ ਨਜ਼ਰ ਕਿਉਂ ਆ ਰਹੇ ਨੇ ਕਿ ਜਥੇਦਾਰ ਆਰਐਸਐਸ ਦੇ ਜਿਹੜੇ ਨੇ ਕਹਣੇ ਦੇ ਵਿੱਚ ਚੱਲ ਰਹੇ ਆ ਸੋ ਇਥੋਂ ਕੁੱਲ ਮਿਲਾ ਕੇ ਜੋ ਸਥਿਤੀ ਸਪਸ਼ਟ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਭਾਈ ਜਿਹੜੇ ਜਥੇਦਾਰ ਨੇ ਉਹ ਵਾਕਿਆ ਹੀ ਆਪਾਂ ਕਹੀਏ ਭੀ ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਬਾਦਲ ਪਰਿਵਾਰ ਉਹਨਾਂ ਤੋਂ ਹੁਣ ਪਾਸੇ ਹੁੰਦੇ ਜਾ ਰਹੇ ਨੇ ਉਹ ਕਿਸੇ ਵੱਡੀ ਤਾਕਤ ਦੇ ਹੇਠਾਂ ਕੰਮ ਕਰਨਾ ਸ਼ੁਰੂ ਕਰ ਚੁੱਕੇ ਨੇ ਜੋ ਮੈਂ ਸਮਝ ਰਿਹਾ। ਮਤਲਬ ਕਿ ਆਉਂਦੇ ਸਮੇਂ ਦੇ ਵਿੱਚ ਹੁਣ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੋਈ ਵੀ ਜਿਹੜਾ ਪ੍ਰਭਾਵ ਹੈ ਉਹ ਅਕਾਲ ਤਖਤ ਦੇ ਉੱਤੇ ਨਹੀਂ ਰਹੇਗਾ। ਪਰ ਇਹ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ ਕਈ ਸੋਚਣਗੇ ਵੀ ਲਓ ਜੀ ਬਾਦਲਾਂ ਦਾ ਪਹਿਰਾ ਹਟ ਜਾਊਗਾ ਇਹ ਇੱਕ ਹੋਰ ਵੱਡੀ ਆਪਾਂ ਕਹੀਏ ਵੀ ਸੋਚਣ ਵਾਲੀ ਗੱਲ ਹੈ ਕਿ ਹੁਣ ਡਾਇਰੈਕਟਲੀ ਸੈਂਟਰ ਭਾਜੀਪੀ ਜਾਂ ਫਿਰ ਆਰਐਸਐਸ ਜਿਹੜੀ ਉਹ ਕਮਾਂਡ ਦਿਆ ਕਰੂਗੀ ਅਕਾਲ ਤਖਤ ਸਾਹਿਬ ਨੂੰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ ਸੋ ਇਹ ਇਹ ਚੀਜ਼ਾਂ ਇਥੋਂ ਸਪਸ਼ਟ ਹੋ ਰਹੀਆਂ ਨੇ ਇਹਦੇ ਵਿੱਚ ਤੀਸਰੀ ਗੱਲ ਇਹ ਹੋ ਸਕਦੀ ਹੈ ਕਿ ਕੋਈ ਬਹੁਤ ਵੱਡੀ ਪਲੈਨਿੰਗ ਹੋਵੇ ਵੱਡੀ ਪਲੈਨਿੰਗ ਤਹਿਤ ਸਾਰਾ ਕੁਝ ਕੀਤਾ ਜਾ ਰਿਹਾ ਹੋਵੇ ਅੱਛਾ ਹੁਣ ਫੇਰ ਆਈਏ ਆਪਾਂ ਵਰਸਾ ਸਿੰਘ ਬਲਟੋਹਾ ਤੇ ਮੁੜ ਕੇ ਹੁਣ ਜਦੋਂ ਪੇਸ਼ੀ ਤੋਂ ਬਾਅਦ ਵਰਸਾ ਸਿੰਘ ਬਲਟੋਹਾ ਵਾਪਸ ਆਉਂਦੇ ਆ ਤਾਂ ਉਸ ਤੋਂ ਪਹਿਲਾਂ ਕੀ ਹੁੰਦਾ ਜਿਹੜੇ ਜਥੇਦਾਰ ਕਹਿੰਦੇ ਨੇ ਕਿ ਅਸੀਂ ਕਹਿੰਦੇ ਆ ਮਤਲਬ ਕਿ ਅਸੀਂ ਇੱਕ ਸਲਾਹ ਦਿੰਨੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਵਰਸਾ ਸਿੰਘ ਬਲਟੋਹਾ ਦੇ ਉੱਤੇ 10 ਸਾਲ ਲਈ ਪਾਰਟੀ ਦੇ ਵਿੱਚੋਂ ਕੱਢਣ ਦਾ ਬੈਨ ਲਾਇਆ ਜਾਵੇ ਮਤਲਬ ਕਿ ਕੱਢ ਦਿੱਤਾ ਜਾਵੇ 10 ਸਾਲ ਦੇ ਲਈ ਸੋ ਇਹ ਜਦੋਂ ਗੱਲ ਹੁੰਦੀ ਹੈ ਉਹਦੇ ਤੋਂ ਪਹਿਲਾਂ ਹੀ ਵਰਸਾ ਸਿੰਘ ਬਲਟੋਹਾ ਪਬਲੀਕਲੀ ਇੱਕ ਵੀਡੀਓ ਬਣਾਉਂਦੇ ਨੇ ਉਹਦੇ ਵਿੱਚ ਕਹਿੰਦੇ ਆ ਕਿ ਤੁਸੀਂ ਕੀ ਮੈਨੂੰ ਕੱਢਣਾ ਹੈ ਅਕਾਲੀ ਦਲ ਦੇ ਵਿੱਚੋਂ ਮੈਂ ਆਪ ਛੱਡਦਾ ਹੁਣ ਅਕਾਲੀ ਦਲ ਜਿਹੜੀ ਹੈ ਪਾਰਟੀ ਉਹਦੇ ਵਿੱਚੋਂ ਵਿਰਸਾ ਸਿੰਘ ਵਲਟੋਹਾ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਇਹਦੇ ਵਿੱਚ ਸੁਖਬੀਰ ਬਾਦਲ ਦਾ ਕੀ ਕਹਿਣਾ ਉਹ ਹਜੇ ਤੱਕ ਆਉਣਾ ਬਾਕੀ ਹੈ ਸੁਖਬੀਰ ਸਿੰਘ ਬਾਦਲ ਅਸਤੀਫਾ ਮਨਜ਼ੂਰ ਕਰਦੇ ਨੇ ਜਾਂ ਫਿਰ ਨਹੀਂ ਕਰਦੇ ਇਹ ਉਹਨਾਂ ਦੇ ਉੱਤੇ ਦੇਖਣਾ ਹੋਏਗਾ ਪਰ ਜਿੱਥੋਂ ਤੱਕ ਮੈਂ ਸਮਝਦਾ ਜੇਕਰ ਜਿਹੜੇ ਵਿਰਸਾ ਸਿੰਘ ਬਲਟੋਹਾ ਨੂੰ ਬਾਦਲ ਪਰਿਵਾਰ ਦੇ ਬੜਾ ਕਰੀਬੀ ਮੰਨਿਆ ਜਾਂਦਾ ਉਹਨਾਂ ਨੇ ਹਰ ਜਗ੍ਹਾ ਨੂੰ ਡਿਫੈਂਡ ਕੀਤਾ ਭਾਵੇਂ ਬੇਅਦਬੀਆਂ ਦਾ ਮਸਲਾ ਹੋਵੇ ਭਾਵੇਂ ਸਰਸੇ ਵਾਲੇ ਸਾਥ ਦਾ ਮਸਲਾ ਹੋਵੇ ਨਸ਼ੇ ਦੀ ਗੱਲ ਹੋਵੇ ਵਿਰਸਾ ਸਿੰਘ ਬਲਟੋਹਾ ਹਮੇਸ਼ਾ ਬਾਦਲ ਪਰਿਵਾਰ ਨੂੰ ਡਿਫੈਂਡ ਕਰਦੇ ਅਤੇ ਉਹਨਾਂ ਨੂੰ ਸਹੀ ਸਾਬਤ ਕਰਦੇ ਆਏ ਨੇ ਮਤਲਬ ਕਿ ਬਹੁਤ ਕਲੋਜ਼ ਨੇ ਮੇਰੇ ਕਹਿਣ ਦਾ ਮਤਲਬ ਹੈ ਤੇ ਹੁਣ ਸੁਖਬੀਰ ਬਾਦਲ ਉਹਨਾਂ ਨੂੰ ਇੰਨੀ ਇੱਕ ਗੱਲ ਤੇ ਗਵਾ ਲੈਣਗੇ ਇਹ ਸਵਾਲ ਪੈਦਾ ਹੁੰਦਾ ਹੈ ਸੋ ਮੇਰੇ ਮੈਨੂੰ ਜਿੰਨਾ ਤੱਕ ਲੱਗ ਰਿਹਾ ਕਿ ਸੁਖਬੀਰ ਬਾਦਲ ਹੋਰੀ ਜੇ ਹਾਂ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਜੇ ਤਾਂ ਕੋਈ ਪਲੈਨਿੰਗ ਕੋਈ ਇਸ ਤਰ੍ਹਾਂ ਦੀ ਕੋਈ ਅੰਦਰ ਖਾਤੇ ਚੱਲ ਨਾ ਰਹੀ ਹੋਏ ਫਿਰ ਜਿਹੜੇ ਸੁਖਬੀਰ ਸਿੰਘ ਬਾਦਲ ਉਹ ਅਸਤੀਫਾ ਮਨਜ਼ੂਰ ਮੇਰੇ ਖਿਆਲ ਚ ਨਹੀਂ ਕਰਨਗੇ ਤੇ ਜੇ ਕੋਈ ਪਲੈਨਿੰਗ ਚੱਲਦੀ ਹੋਈ ਫਿਰ ਇਹ ਉਸੇ ਪਲੈਨਿੰਗ ਤਹਿਤ ਕੀਤਾ ਜਾਊਗਾ ਕਿ ਲੋ ਜੀ ਵਿਰਸਾ ਸਿੰਘ ਬਾਹਰ ਹੋ ਗਏ ਜਿਹੜੇ ਜਥੇਦਾਰ ਨੇ ਉਹ ਤਾਂ ਜੀ ਸਾਡੇ ਅੰਦਰ ਹੈ ਨਹੀਂ ਹੈ ਉਹ ਤੇ ਹੁਣ ਹੋਰ ਪਾਸੇ ਨਿਕਲ ਗਏ ਆ ਅਕਾਲ ਤਖਤ ਤੇ ਹੁਣ ਸਿਧਾਰ ਆਰਐਸਐਸ ਦੀ ਕਮਾਂਡ ਚ ਆ ਗਿਆ ਸੋ ਉਹ ਵੀ ਹੋ ਸਕਦਾ ਜੇ ਇਹ ਇਸ ਤਰ੍ਹਾਂ ਹੁੰਦਾ ਵੀ ਅਕਾਲ ਤਖਤ ਆਰਐਸਐਸ ਬੀਜੇਪੀ ਦੀ ਕਮਾਂਡ ਚ ਆ ਜਾਂਦਾ ਇਹ ਬਧੇਰੇ ਖਤਰਨਾਕ ਹੋਏਗਾ ਪੰਜਾਬ ਵਾਸਤੇ ਸਿੱਖਾਂ ਵਾਸਤੇ ਗੁਰੂਤਾਮਾਂ ਵਾਸਤੇ ਫਿਊਚਰ ਦੀਆਂ ਜਿਹੜੀਆਂ ਸਿੱਖਾਂ ਦੀਆਂ ਪਲੈਨਿੰਗਸ ਨੇ ਲਿਟਰੇਚਰ ਹੈਗਾ ਐਜੂਕੇਸ਼ਨ ਹੈਗੀ ਹੈ ਧਾਰਮਿਕ ਪ੍ਰਚਾਰ ਹੈਗਾ ਸਿੱਖਾਂ ਦੇ ਹੱਕਾਂ ਦੀ ਗੱਲ ਹੈ ਸੋ ਸਾਰੇ ਤੇ ਉੱਤੇ ਕਿਤੇ ਨਾ ਕਿਤੇ ਫਿਰ ਕਬਜ਼ਾ ਡਾਇਰੈਕਟਲੀ ਜਿਹੜਾ ਬੀਜੇਪੀ ਦਾ ਹੋ ਜਾਏਗਾ ਇਹ ਤਾਂ ਬੀਜੇਪੀ ਬਾਰੇ ਮੰਨੇ ਜਾਂਦਾ ਹੈ ਨਾ ਕਿ ਹਰ ਜਗ੍ਹਾ ਦੇ ਉੱਤੇ ਕਬਜ਼ਾ ਜਿਹੜਾ ਉਹ ਬੀਜੇਪੀ ਕਰਨਾ ਚਾਹੁੰਦੀ ਹੈ ਹਰ ਸੰਸਾ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਜੰਮੂ ਕਸ਼ਮੀਰ ਚ ਧਾਰਾ 370 ਦੀ ਗੱਲ ਕਰ ਲਓ ਹੋਰ ਜਿਹੜੇ ਕੋਡ ਆਫ ਕੰਡਕਟ ਬਦਲੇ ਗਏ ਮਤਲਬ ਬਹੁਤ ਖੁਸ਼ ਹੈਗਾ ਜਿਹੜਾ ਉਹ ਬੀਜੇਪੀ ਚੇਂਜ ਕਰ ਰਹੀ ਹੈ ਸੋ ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਕਿ ਬਾਦਲ ਪਰਿਵਾਰ ਹੁਣ ਇੱਥੋਂ ਹਟਾਇਆ ਜਾਣਾ ਚਾਹੀਦਾ ਕਿਉਂਕਿ ਸਿੱਖਾਂ ਦੇ ਵਿੱਚ ਉਹਨਾਂ ਦੀ ਉਹ ਅਹਿਮੀਅਤ ਨਹੀਂ ਰਹੀ ਜੋ ਪਹਿਲਾਂ ਹੁੰਦੀ ਸੀ ਯੂਜ਼ ਐਂਡ ਥਰੋ ਵਾਲੀ ਪਾਲਿਸੀ ਜਿਹੜੀ ਹੈ ਨਾ ਉਹ ਇੱਕ ਇਹ ਬਹੁਤ ਮੰਨੀ ਪਰਮੰਨੀ ਜਿਹੜੀ ਆਪਾਂ ਕਹੀਏ ਪਾਲਿਸੀ ਹੈਗੀ ਹੈ ਜੋ ਆਮ ਆਪਾਂ ਦੇਖਦੇ ਆਂ ਭੀ ਆਮ ਲੋਕਾਂ ਦੇ ਵਿੱਚ ਵੀ ਸਮਾਜਿਕ ਤੌਰ ਦੇ ਉੱਤੇ ਵੀ ਇਹੀ ਹੁੰਦਾ ਨਾ ਯੂਜ਼ ਐਂਡ ਥਰੋ ਵਰਤੋ ਅਤੇ ਸੁੱਟ ਦਿਓ ਸੋ ਜਿਹੜਾ ਦੁਸ਼ਮਣ ਹੁੰਦਾ ਨਾ ਉਹ ਇਸੇ ਹੀ ਤਰ੍ਹਾਂ ਕੰਮ ਕਰਦਾ ਹੈ ਉਹ ਪਹਿਲਾਂ ਤੁਹਾਨੂੰ ਵਰਤਦਾ ਹੈ ਉਸ ਤੋਂ ਬਾਅਦ ਤੁਹਾਨੂੰ ਥਰੋ ਕਰ ਦਿੰਦਾ ਜਦੋਂ ਤੁਸੀਂ ਉਹਦੇ ਕੰਮ ਦੇ ਨਹੀਂ ਰਹਿੰਦੇ ਹੁਣ ਇਹੀ ਗੱਲ ਸਿੱਖਾਂ ਦੇ ਵਿੱਚ ਲੁਕੇ ਹੋਏ ਤਾਲੇ ਭੇੜੀਆਂ ਦੇ ਉੱਤੇ ਵੀ ਜਿਹੜੀ ਢੁਕਦੀ ਹੈ ਕਿ ਉਹ ਇਸ ਤਰੀਕੇ ਨਾਲ ਕੰਮ ਕਰਦੇ ਨੇ ਕਿ ਲਓ ਜੀ ਸਾਨੂੰ ਤਾਂ ਜਿਹੜਾ ਦੁਸ਼ਮਣ ਹੈਗਾ ਉਹ ਸਾਨੂੰ ਫਾਈਨੈਂਸ਼ਲੀ ਜਿਹੜਾ ਹੈ ਉਹ ਮਤਲਬ ਕੀ ਦੇ ਰਿਹਾ ਸਪੋਰਟ ਦੇ ਰਿਹਾ ਸਾਨੂੰ ਸ਼ਾਬਾਸ਼ ਦੇ ਰਿਹਾ ਸਾਡੇ ਰਾਜਨੀਤੀ ਕੰਮ ਹੋ ਰਹੇ ਨੇ ਸੋ ਆਪਾਂ ਉਹਨਾਂ ਦੇ ਭੇੜੀਏ ਬਣ ਕੇ ਕੰਮ ਕਰੀਏ ਬਲੈਕ ਕੈਟਸ ਬਣ ਕੇ ਕੰਮ ਕਰੀਏ ਪਰ ਫਿਰ ਉਹ ਕੀ ਕਰਦੇ ਨੇ ਉਹ ਵਰਤ ਕੇ ਜਿੰਨੀ ਦੇਰ ਵਰਤਨਾ ਹੁੰਦਾ ਤੇ ਤੁਹਾਨੂੰ ਖਤਮ ਕਰ ਦਿੰਦੇ ਨੇ ਜਾਂ ਫਿਰ ਥਰੋ ਕਰ ਦਿੰਦੇ ਨੇ ਯੂਜ਼ ਐਂਡ ਥਰੋ ਵਾਲੀ ਪਾਲਿਸੀ ਤੁਹਾਡੇ ਨਾਲ ਵਰਤੀ ਜਾਂਦੀ ਹੈ ਫਿਰ ਤੁਸੀਂ ਇਹ ਸੋਚਦੇ ਹੋ ਸਮਝਦੇ ਹੋ ਪਈ ਮੈਂ ਤਾਂ ਆਪਣੇ ਧਰਮ ਦਾ ਆਪਣੀ ਜ਼ਮੀਨ ਦਾ ਵੀ ਨਹੀਂ ਹੋਇਆ ਦੁਸ਼ਮਣ ਦੇ ਹੱਥ ਚ ਭੁਗਦਿਆ ਤੇ ਉਹਨਾਂ ਨੇ ਵੀ ਮੈਨੂੰ ਯੂਜ਼ ਐਂਡ ਥਰੋ ਕੀਤਾ ਸੋ ਮੈਨੂੰ ਲੱਗਦਾ ਵੀ ਸੁਖਬੀਰ ਬਾਦਲ ਬਾਦਲ ਪਰਿਵਾਰ ਜਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਇਹਦਾ ਟਾਈਮ ਜਿਹੜਾ ਹੈਗਾ ਉਹਨਾਂ ਨੇ ਆਪਣੇ ਸੋਚਿਆ ਆ ਕਿ ਇਹ ਟਾਈਮ ਜਿਹੜਾ ਇਹਨਾਂ ਦਾ ਖਤਮ ਹੋ ਚੁੱਕਿਆ ਹੁਣ ਨਵੀਂ ਪਾਰਟੀ ਦਾ ਉਭਾਰ ਉਹ ਵੀ ਬੀਜੇਪੀ ਜਿਹੜੀ ਨਾਲ ਨਾਲ ਕਰਦੀ ਆ ਰਹੀ ਹੈ ਸੋ ਮੇਰੇ ਖਿਆਲ ਮੁਤਾਬਕ ਇਸ ਤਰੀਕੇ ਦੀ ਇਹ ਗੱਲਬਾਤ ਜਿਹੜੀ ਅੱਜ ਹੋਈ ਹੈ ਤਾਂ ਜਦ ਇਸੇ ਗੱਲ ਕਰੀਏ ਤੁਹਾਡੀ ਗੱਲਾਂ ਦੇ ਵਿੱਚੋਂ ਕਈ ਕਹਿ ਲੋ ਕਿ ਪੱਖ ਨੇ ਕਿਹੜੇ ਸਾਹਮਣੇ ਆਏ ਨੇ ਜੇਕਰ ਪੱਖ ਦੀ ਗੱਲ ਕਰੀਏ ਕਿ ਜੋ ਜੋ ਕਲੈਸ਼ ਹੋਇਆ ਹੈ ਬਰਸਨ ਸਿੰਘ ਬਲਟੋਹ ਦਾ ਜਿੱਥੇ ਸਰ ਸਾਹਿਬਾਨਾ ਵੱਲੋਂ ਨਾਲ ਇਹ ਸਾਬਤ ਕਰਦਾ ਕਿ ਇਸ ਵਕਤ ਕਹ ਲੋ ਕਿ ਆਪਣੇ ਹਾਸ਼ੀਏ ਤੇ ਪਹੁੰਚ ਚੁੱਕੀ ਹੈ ਕਾਲੀ ਦਲ ਉਹ ਕੁਝ ਕਰਨਾ ਜਾਂਦਾ ਕਿ ਇਸ ਦੁਬਾਰਾ ਪੰਜਾਬ ਸੱਤਾ ਵਿੱਚ ਆ ਜਾਵੇਗੀ ਦੂਜੇ ਵਾਸੀ ਦੇ ਪੱਖੇ ਵੀ ਨਿਕਲ ਸਾਹਮਣੇ ਆਉਂਦਾ ਹੈ ਕਿ ਸਾਰੀ ਘਟਨਾ ਦੇ ਪਿੱਛੇ ਆਰਐਸਐਸ ਦੇ ਭਾਜੀ ਦਾ ਹੱਥ ਹੈ ਜਿਸ ਦੇ ਤਹਿਤ ਸਾਰਾ ਕੁਝ ਘੁਮਕੇ ਸਾਹਮਣੇ ਆ ਰਿਹਾ ਹੈ ਤੇ 第三 ਗੱਲ ਕਰੀਏ ਕਿ ਇਹ ਸਾਰੀ ਆਪਣੇ ਸਿਸਟਮ ਦੇਖਿਏ ਇੱਕ ਮੌਕਾ ਵੀ ਮਿਲ ਸਾਹਮਣੇ ਆ ਰਿਹਾ ਕਿ ਤੇ ਹਾਤੀ ਜੇ ਅਕਾਲ ਦੂਜੇ ਕਾਲਿਆਂ ਦੀ ਗੱਲ ਕਰੀਏ ਜੇ ਆਪਾਂ ਜੋ ਨਿਕਲ ਕੇ ਆ ਜਵੇ ਤੇ ਪੰਜਾਬ ਨੂੰ ਸੱਤਾ ਬਣਾ ਜਵੇ ਜਿਵੇਂ ਆਪਾਂ ਗੱਲ ਕਰਦੇ ਆਂ ਕਈ ਜੋ ਸਿੱਖ ਨਮਾਇੰਦੇ ਨੇ ਜੋ ਆਜ਼ਾਦ ਮਿਹਰ ਨਾਲ ਲੜਦੇ ਨੇ ਤੇ ਉਹ ਐਮਪੀ ਵੀ ਬਣ ਚੁੱਕੇ ਨੇ ਜਾਂ ਕੋਈ ਐਦਾਂ ਦਾ ਮਾਹੌਲ ਬਣ ਜਾਵੇ ਕਿ ਨਵਾਂ ਅਕਾਲ ਜੇ ਨਿਕਲ ਕੇ ਵੀ ਸਾਹਮਣੇ ਆ ਸਕਦਾ ਇਸ ਸਾਰੇ ਕਿੜੀ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਨੂੰ ਤੁਸੀਂ ਬਿਲਕੁਲ ਬਿਲਕੁਲ ਪਰ ਇੱਕ ਗੱਲ ਯਾਦ ਰੱਖਿਓ ਪਾਰਟੀ ਜਿਹੜੀ ਵੀ ਆਏਗੀ ਪੰਜਾਬ ਦੇ ਵਿੱਚ ਉਹ ਕਿਤੇ ਨਾ ਕਿਤੇ ਪ੍ਰਭਾਵ ਹੇਠ ਹੋਏਗੀ ਮੈਂ ਇਹ ਇੱਕ ਗੱਲ ਤਾਂ ਇਹ ਵੀ ਤੁਸੀਂ ਮੇਰੀ 100% ਮੰਨ ਲਿਓ ਜਿਹੜੀ ਮੈਂ ਗੱਲ ਤੁਹਾਨੂੰ ਅੱਜ ਦੱਸਣ ਲੱਗਿਆ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਉਹ ਬਣੇਗਾ ਜਿਹੜਾ ਸੈਂਟਰ ਵੱਲੋਂ ਏਜੰਸੀਆਂ ਵੱਲੋਂ ਅਪਰੂਵਡ ਹੋਏਗਾ ਇਹ ਅੱਜ ਦੀ ਗੱਲ ਨਹੀਂ ਮੈਂ ਕਰ ਰਿਹਾ ਜਿੱਦਣ ਦਾ ਭਾਰਤ ਆਜ਼ਾਦ ਹੋਇਆ ਪਹਿਲੇ ਮੁੱਖ ਮੰਤਰੀ ਤੋਂ ਲੈ ਕੇ ਅੱਜ ਤੱਕ ਕੁਝ ਇਕੱਲਾ ਪੰਜਾਬ ਨਹੀਂ ਕੁਝ ਹੋਰ ਸਟੇਟਾਂ ਹੈਗੀਆਂ ਜਿਨ੍ਹਾਂ ਨੂੰ ਮੈਂ ਇਹ ਕਹਿਣਾ ਹੁੰਨਾ ਕਿ ਵਿਵਾਦ ਜਿੱਥੇ ਰਿਹਾ ਜਿਹੜੀਆਂ ਸਟੇਟਾਂ ਦੇ ਵਿੱਚ ਵਿਵਾਦਗ੍ਰਸਤ ਕੁਝ ਨਾ ਕੁਝ ਲਹਿਰਾਂ ਚੱਲਦੀਆਂ ਜਾਂ ਫਿਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਕਬਜ਼ਾ ਕਰਕੇ ਭਾਰਤ ਦੇ ਵਿੱਚ ਰਲਾਈਆਂ ਹੋਈਆਂ ਸਟੇਟਾਂ ਜਿਦਾਂ ਕਸ਼ਮੀਰ ਵਾਲੇ ਆਜ਼ਾਦੀ ਮੰਗਦੇ ਆ ਪੰਜਾਬ ਦੇ ਵਿੱਚ ਵੀ ਇੱਕ ਜਿਹੜੀ ਆਜ਼ਾਦੀ ਦੀ ਗੱਲ ਚੱਲਦੀ ਹੈ ਇਧਰ ਦੂਜੇ ਪਾਸੇ ਮਣੀਪੁਰ ਨਾਗਾ ਲੈਂਡ ਦੂਜੇ ਤੀਜੇ ਜੋ-ਜੋ ਵੀ ਹੈਗੇ ਆ ਵੱਖਰੇ ਵੱਖਰੇ ਜਿਹੜੇ ਨੇਸ਼ਨ ਨੇ ਸੋ ਉਹ ਜਿਹੜੀਆਂ ਕੁਝ ਖਾਸ ਡੇਟਾਂ ਹੁੰਦੀਆਂ ਉਹਦੇ ਵਿੱਚ ਅਪਰੂਵਡ ਪਾਰਟੀਆਂ ਦੀਆਂ ਸਰਕਾਰਾਂ ਬਣਦੀਆਂ ਚਿਹਰੇ ਜਿਹੜੇ ਨੇ ਪਹਿਲਾਂ ਅਪਰੂਵ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਮੁੱਖ ਮੰਤਰੀ ਤੱਕ ਦਾ ਅਹੁਦਾ ਦਿੱਤਾ ਜਾਂਦਾ ਹੈ ਆਦਰਵਾਇਜ਼ ਨਹੀਂ ਸੋ ਇਹਦੀਆਂ ਉਦਾਹਰਣਾਂ ਲੈ ਲਓ ਮੇਰੇ ਕੋਲ ਅਮ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਅਪਰੂਵਡ ਉਹਨਾਂ ਦਾ ਸੀਗਾ ਏਜੰਸੀਆਂ ਵੱਲੋਂ ਅਪਰੂਵ ਕੀਤਾ ਹੋਇਆ ਕਿਉਂਕਿ ਕਦੇ ਵੀ ਆਜ਼ਾਦ ਸੋਚ ਵਾਲਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ ਸੋ ਆਉਂਦੇ ਸਮੇਂ ਦੇ ਵਿੱਚ ਬੇਸ਼ੱਕ ਕੋਈ ਵੀ ਆ ਕੇ ਕੋਈ ਆਪਣੇ ਆਪ ਨੂੰ ਬੜਾ ਸਿੱਖਾਂ ਦਾ ਹਤਾਇਸ਼ੀ ਕਹਿੰਦਾ ਹੋਵੇ ਕੋਈ ਕਹਿੰਦਾ ਹੋਵੇ ਮੈਂ ਆਜ਼ਾਦ ਸੋਚ ਦਾ ਮਾਲਕ ਆ ਜਿਵੇਂ ਸਿਮਰਜੀਤ ਸਿੰਘ ਮਾਨ ਦੀ ਗੱਲ ਕਰ ਲਈਏ ਜਿਹੜੇ ਕਹਿੰਦੇ ਨੇ ਕਿ ਮੈਂ ਖਾਲਸਤਾਨੀ ਆ ਤੇ ਮੈਂ ਖਾਲਸਾ ਦੀ ਜੰਗ ਲੜ ਰਿਆ ਉਹ ਵੀ ਕੱਲ ਨੂੰ ਮੁੱਖ ਮੰਤਰੀ ਬਣ ਜਾਂਦੇ ਆ ਨਾ ਤੇ ਚਲਣੀ ਉਹਨਾਂ ਦੀ ਵੀ ਨਹੀਂ ਮੇਰੇ ਕਹਿਣ ਤੋਂ ਭਾਵ ਇਹ ਆ ਸੋ ਪ੍ਰਭਾਵ ਕਿਤੇ ਨਾ ਕਿਤੇ ਉਹਨਾਂ ਦਾ ਹੀ ਰਹਿਣਾ ਡਾਇਰੈਕਸ਼ਨਸ ਉਹ ਹੀ ਦੇਣਗੇ ਜੇ ਜੇਕਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋ ਜਾਂਦੀ ਆ ਪਹਿਲੀ ਗੱਲ ਤਾਂ ਬਣਨਗੇ ਨਹੀਂ ਮਤਲਬ ਤੁਸੀਂ ਦੇਖੋ ਨਾ ਸਿਮਰਜੀਤ ਸਿੰਘ ਮਾਨ ਹੈ ਉਹ 99 ਦੇ ਵਿੱਚ ਜਿੱਤੇ ਉਸ ਤੋਂ ਬਾਅਦ ਉਹ ਅੱਜ ਤੱਕ ਨਹੀਂ ਜਿੱਤੇ ਹੈਨਾ ਉਦੋਂ ਉਦੋਂ ਕਿ ਹੋ ਸਕਦਾ ਹੈ ਸੈਂਟਰ ਨੇ ਏਜੰਸੀਆਂ ਨੇ ਸੋਚਿਆ ਨਾ ਹੋਵੇ ਵੀ ਇਸ ਤਰ੍ਹਾਂ ਨਹੀਂ ਹੋਣਾ ਨਹੀਂ ਜਿੱਤੇ ਜਾਣਗੀਆਂ ਵਗੈਰਾ ਵਗੈਰਾ ਜੋ ਵੀ ਹੈ ਸੋ ਵੋਟ ਪੈ ਗਈ ਉਦੋਂ ਉਹ ਬਣ ਗਿਆ ਪਰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਉਹ ਕਿੰਨਾ ਜਿਹੜਾ ਹਰ ਵਾਰ ਜ਼ਮਾਨਤ ਜਪਤ ਤੇ ਰਹਿੰਦੇ ਰਹੇ ਆ ਸੋ ਮੇਰੇ ਕਹਿਣ ਤੋਂ ਸਾਰਾ ਜਿਹੜਾ ਕੁੱਲ ਮਿਲਾ ਕੇ ਮੈਂ ਨਿਚੋੜ ਜੇ ਇਹ ਕੱਡਾਂ ਭਈ ਭਾਵੇਂ ਕੱਲ ਨੂੰ ਕੋਈ ਅਕਾਲੀ ਦਲ ਆ ਵੀ ਜਾਵੇ ਉਹ ਉਹੀ ਹੋਣਾ ਜਿਵੇਂ ਹੁਣ ਤੱਕ ਚੱਲਦਾ ਆ ਉਹੀ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਵਰਗਾ ਉਹੀ ਆਮ ਆਦਮੀ ਦੇ ਭਗਵੰਤ ਮਾਨ ਵਰਗਾ ਉਹੀ ਅ ਅਕਾਲੀ ਦਲ ਦੇ ਬਾਦਲ ਵਰਗਾ ਕੋਈ ਵੀ ਹੋ ਜੇ ਸੋ ਮੈਂ ਤੇ ਇੱਥੇ ਗੱਲ ਕਹਿ ਕੇ ਜਿਹੜੀ ਇਹਦੀ ਸਮਾਪਤੀ ਕਰਦਾ ਜੀ ਜੀ ਤੁਹਾਨੂੰ ਧੰਨਵਾਦ ਕਰਦੀਆਂ ਤੁਸੀਂ ਕਹਿੰਦੇ ਕਿ ਹਰ ਗੱਲ ਨੂੰ ਬੜੇ ਵਿਵਾਖ ਹੋ ਕੇ ਅਤੇ ਕਹਿੰਦੇ ਕਿ ਸਹੀ ਪੱਖ ਸਰ ਦਰਸ਼ਕਾਂ ਦੇ ਗਿਆ ਰੱਖਦੇ ਹੋ ਜੋ ਥੋੜਾ ਪੱਖ ਜੋ ਰੱਖਦੇ ਹੋ ਸਰ ਦਰਸ਼ਕਾਂ ਨੂੰ ਥੋੜੀ ਇਹ ਗੱਲਾਂ ਪਸੰਦ ਵੀ ਆਉਂਦੀਆਂ ਨਹੀਂ ਥੋੜਾ ਧੰਨਵਾਦ ਕਰਦੇ ਹਾਂ ਜੁੜਦੇ ਹੋ ਆਪਣੇ ਵਿਚਾਰ ਰੱਖਣ ਦੇ ਲਈ ਤੇ ਹੁਣ ਇਜਾਜ਼ਤ ਹੋ ਕੇ ਤੁਹਾਡੇ ਤੋਂ ਅੱਜ ਪੰਜਾਬ ਪੰਜਾਬ ਟੀਵੀ ਦੇ ਦਰਸ਼ਕਾਂ ਨੂੰ ਜਿਹੜਾ ਲੈਣ ਦਾ ਧੰਨਵਾਦ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਸਾਰਿਆਂ ਦਾ ਬਹੁਤ